एक दिन से एक अस्थिर माने अचरज लखे न जाई, अचरज लखे न जाई। साधो रचना राम बढ़ाई, साधो रचना
I'm
Yeah.
Yeah.
जान ले हो, जान ले हो मन माही, प्रीतम जान ले हो। अपने सुख सोही जग पाते हो, बाकी दिन सी।
ਨੇੜੇ ਕਿ ਤੁਰ ਜਾਣੀ
नानक दास सदा गुरबानी तुझे आगे अरदास हमारी ओंकार वाहेगुरु जी की फतेह श्री भगवती जी सहाय वार श्री भगवती जी की पातशाही तस्लीम प्रथम भगवती समरका गुरु नानक लई ध्याए फिर अंगद गुरते अमरदास रामदास जी सहाय अर्जन हर गोबिंद नो सिमरो श्री हर राय श्री हर कृष्ण ध्याई जिस डिठे सब दुख जाए तेग बहादुर सिमरिया कर नौल त्याव धाई सब तमिल सहाय दसवें पातशाह श्री गुरु गोबिंद सिंह साहब जी सब तमिल सहाय दसा प्यार भी कमाई का ध्यान करके खालसा जी बोलो जी वाहेगुरु वाहेगुरु जिन्हां सिंघां सिमरिया ने धरो सी जिते बंद बंद कटाए कुपड़ियां डोहाइयां चलखड़ियां ते चढ़ी लगा ध्यान करके खालसा जी बोलो जी वाहेगुरु वाहेगुरु पंजा दा दस बात गुरुद्वारे का ध्यान करके बोलो जी वाहेगुरु वाहेगुरु तना इस बात खालसा जी की अरदास है इस बात खालसा जी को वाहेगुरु वाहेगुरु की पै पंथ की जी श्री साहब जी सहाय खालसा जी के बोल पाने बोलो जी वाहेगुरु वाहेगुरु ਚੌਕਾ ਚੜੇ ਹੁੰਗੇ ਜੁਗੂ ਜੁਗਿਆ ਦਾ ਧਮਕਾ ਜੈਕਾਰ ਗੁਰੂ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਜੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਦਾਸ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨ ਕਮਲਾਂ ਅੱਗੇ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਘੱਲੇ ਆਵੇ ਨਾਨਕਾ ਸਤੀ ਉੱਠੀ ਜਾਏ ਮਹਾਂਵਾਕ ਅਨੁਸਾਰ ਆਪ ਜੀ ਦੇ ਦਰ ਕਰਦੇ ਸੇਵਕ ਭਾਈ ਰਸਾਰ ਸਿੰਘ ਆਪਣੀ ਸੰਸਾਰ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਜਾਪ ਰਾਜਿਆ ਨੂੰ ਆਪ ਜੀ ਦਾ ਸਾਰਾ ਹੀ ਪਰਿਵਾਰ ਇਕੱਤਰ ਧੋ ਕੇ ਪਰਸੋਂ ਰੂਹ ਤੋਂ ਧੁਰਕੀ ਬਾਣ ਆਈ ਹੋਏ ਸਾਧ ਸੰਗਤ ਦੇ ਹਿਰਦਿਆਂ ਦੇ ਵਸਾਉਣੀ ਭਾਈ ਰਸਾਲ ਸਿੰਘ ਨੂੰ ਆਪਣੇ ਚਰਨਾਂ ਦਾ ਨਮਾਜ਼ ਬਖਸ਼ ਕਰਨਾ ਮਗਰੋਂ ਪਰਿਵਾਰ ਨੂੰ ਭਾਉਣਾ ਮਰਨ ਦਾ ਬਲ ਬਖਸ਼ ਕਰਨਾ ਪਰਿਵਾਰ 'ਤੇ ਸੁੱਖ ਸ਼ਾਂਤੀ ਅਤੇ ਚੜ੍ਹਦੀ ਕਲਾ ਬਖਸ਼ ਕਰਨੀ ਅਤੇ ਮਿਹਰ ਭਰਿਆ ਤਰਕਣਾ ਸੇਵਾਦਾਂ ਬਖਸ਼ ਕਰਨੀਆਂ ਇਸ ਵੇਲੇ ਸੇਵ ਪਰਿਵਾਰਾਂ ਵੱਲੋਂ ਸੁੰਦਰ ਅਰਬਾਬੇ ਹਾਜ਼ਰ ਹਨ ਆਪ ਅੰਗੀਕਾਰ ਕਰਨਾ ਅਤੇ ਲੋਕ ਪ੍ਰਲੋਚ ਪਰਦੇ ਢੱਕਣੇ ਬਾਣੀ ਦੇ ਸਤਿਕਾਰ ਵਾਸਤੇ ਮਾਇਆ ਹਾਜ਼ਰੇ ਜਿੰਨਾ ਖਜ਼ਾਨਿਆਂ 'ਚੋਂ ਮਾਇਆ ਸੁੱਖ ਖਜ਼ਾਨੇ ਭਰਪੂਰ ਕਰਨੇ ਬਾਟੀ ਸਿੰਘਾਂ ਤੋਂ ਪਾਠ ਕਰਦਿਆਂ ਸੇਵਾਦਾਰਾਂ ਤੋਂ ਇਸ ਵੇਲੇ ਮੰਜਾ ਬਿਸਤਰਾ ਸਭ ਹਾਜ਼ਰ ਹੈ ਆਪ ਦਿੱਤਾ ਹੋਇਆ ਦਾਨ ਕਰਨਾ ਪੜ੍ਹਦੇ ਸੁਣਦੇ ਸਿੱਖ ਲਾਹੇਵੰਦ ਹੋਣ ਜੋ ਜੀ ਆਪ ਜੀ ਦੇ ਦਰ 'ਤੇ ਆਵੇ ਰਾਜੀ ਖੁਸ਼ੀ 'ਤੇ ਪ੍ਰਸੰਨ ਜਾਵੇ ਸੁੱਖ ਹੋਵੇ ਨਾਮ ਚਿੱਤੇ ਆਵੇ ਨਾਨਕ ਦੋਹਰਾ ਗਿਆ ਭਈਆ ਕਾਲ ਕੇ ਵਿੱਚ ਲਾਇਓ ਪੰਖ ਜੋ ਪ੍ਰਭ ਕੋ ਮਿਲ ਪਹੁੰਚੈ ਰਾਜ ਕਰੇ ਕਾ ਖਾਲਸਾ ਸਤਿਗੁਰ
ਉਹਨਾਂ ਦੇ ਜਮੌਲ ਦੀ ਡੈਥ ਹੋ ਚੁੱਕੀ ਸੀ। ਉਸ ਤੋਂ ਉਪਰੰਤ ਅੱਜ ਉਹਨਾਂ ਦੇ ਗ੍ਰਹਿ ਵਿਖੇ ਅੱਜ ਜਿਹੜਾ ਵਾ ਅਖੰਡ ਪਾਠ ਸਾਹਿਬ ਦੇ ਜਿਹੜੇ ਆ ਭੋਗ ਪਾਏ ਗਏ ਆ। ਜਿੰਨੇ ਵੀ ਇੱਥੇ ਪੰਚ ਸਰਪੰਚ ਸਾਧ ਸੰਬੰਧੀ ਆਏ ਆ ਉਹਨਾਂ ਸਾਰਿਆਂ ਨੂੰ ਅਸੀਂ ਪਰਿਵਾਰ ਵੱਲੋਂ ਜੀ ਆਇਆਂ ਕਹਿੰਦੇ ਹਾਂ। ਹੁਣ ਇਸ ਤੋਂ ਉਪਰੰਤ ਸਰਦਾਰ ਭੁੱਲਰ ਸਿੰਘ, ਗਚੇਤ ਸਿੰਘ ਭੁੱਲਰ, ਸਾਬਕਾ ਸਿੰਚਾਈ ਮੰਤਰੀ ਜਿਹੜੇ ਆ, ਗੁਰੂ ਮਹਾਰਾਜ ਜੀ ਨਵੀਂ ਬੇਟੀ ਗੁਰੂ ਰੂਪੀ ਸਾਹਿਬ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਰਦਾਰ ਸਤਸਾਹ ਸਿੰਘ ਜੀ ਦੀ ਅੰਤਰ ਰਸ਼ਾ ਬਣਾਉਣੀ ਅਤੇ ਹੁਣ ਸ਼ਰਧਾ ਦੇ ਹੁਣ ਪਿੰਡ ਇਕੱਠੇ ਹੋਏ ਆ। ਜਿਹਾ ਜੀ ਨੇ ਲਿਖਿਆ, ਜਿਹਾ ਗੁਰਮਾਏ ਕਲਿਆ ਨਾਨਕਾ ਸਿੱਧੀ ਉੱਠ ਜਾਏ ਅਤੇ ਮਹਾਂਵਾਰ ਅਨੁਸਾਰ ਪਰਮਾਤਮਾ ਬਖਸ਼ ਕੀਤੀ ਆਯੂ ਹੋ ਕੇ ਇਹ ਸੰਸਾਰ ਤੋਂ ਸਦਾ ਸਦਾ ਵਾਸੀ ਵਿਛੜ ਗਏ। ਬੰਦਲ ਖਾਏ ਬੰਦਲ ਪਿਆਏ, ਕੋਈ ਵੀ ਇਨਸਾਨ, ਕੋਈ ਵੀ ਪ੍ਰਾਣੀ, ਕੋਈ ਵੀ ਜੀਵ ਜਦੋਂ ਦੁਨੀਆਂ 'ਚ ਪੈਦਾ ਹੁੰਦਾ ਹੈ ਉਸ ਵੇਲੇ ਅਖੀਰ ਦਾ ਸਾਹ ਜਾਂ ਬਾਪੂ ਬੜਾ ਕਹਿ ਦਿੰਦੇ ਹਾਂ ਕਿ ਟਾਈਮ ਇਸ ਵਾਰ ਸਾਰੇ ਨਿਸ਼ਚਿਤ ਹੋਏ ਆ। ਅੱਜ ਵੀ ਸੈਕਿੰਡ ਵੀ ਅੱਗੇ ਪਿੱਛੇ ਨਹੀਂ ਹੋ ਸਕਿਆ, ਇਹ ਸਾਰੀ ਖੇਡ ਸੱਚੇ ਪਾਤਸ਼ਾਹ ਨੇ ਆਪਦੇ ਹੱਥ ਵਿੱਚ ਕੀਤੀ। ਸਾਧ ਸਾਧ ਸਿੰਘ ਇੱਕ ਬਹੁਤ ਵਧੀਆ ਇਨਸਾਨ ਔਰ ਇੱਕ ਥਾਂ ਦੇ ਖਲੋਣ ਵਾਲੇ ਲੱਗ ਕੱਢ ਗਏ ਵਿਲੇ ਸਾਹਿਬ ਮਿਲਦੇ ਨੇ। ਅੱਜ ਕੱਲ੍ਹ ਉਹ ਮਿੰਟ ਮਿੰਟ ਦੇ ਕਈ ਤਬਦੀਲੀਆਂ ਕਰਦੇ ਆ ਔਰ ਜਦੋਂ ਦੇ ਵੀ ਤੁਰੇ ਅਸੀਂ ਉਸ ਦਿਨ ਨੂੰ ਸਾਡੇ ਨੇ ਸਾਥ ਦਿੱਤਾ, ਕਿਸੇ ਵਾਰੀ ਵੀ ਕਸਾਇਆ ਨਹੀਂ ਨਾ ਗੁਆਇਆ ਨਹੀਂ, ਆਪਣੇ ਸਮੇਂ ਚਲੇ। ਅੱਜ ਉਹਨਾਂ ਦੀ ਜਾਨ ਦੇ ਨਾਲ ਬਹੁਤ ਵੱਡੀ ਘਾਟ ਆਈ ਹੈ। ਸਾਡੇ ਕਿੰਨਾ ਬੋਝ ਹੋਵੇ, ਕਿੰਨਾ ਭਾਰ ਹੋਵੇ ਜੇ ਅਸੀਂ ਆਪਣੇ ਮਾਂ ਬਾਪ ਗੱਲ ਦੱਸ ਦਿੰਦੇ ਹਾਂ, ਇਹ ਲੱਗਦਾ ਸਾਰੇ ਹੋ ਗੱਲ ਕਰਨੀ ਸੌਖੀ ਹੈ। ਜੋ ਅਸਰ ਉਸ ਬੰਦੇ ਦਾ ਬਣਿਆ ਹੁੰਦਾ ਹੈ ਉਹ ਅਸਰ ਬਣਦਿਆਂ ਬਣਦਿਆਂ ਫਿਰ ਬਹੁਤ ਦੇਰ ਲੱਗਦੀ ਹੈ, ਬਹੁਤ ਚਿਰ ਲੱਗਦਾ ਹੈ। ਉਹਦੇ ਸਾਥੀ ਸੱਜੇ ਦੋਸਤ ਰਿਸ਼ਤੇਦਾਰ ਸਾਰੇ ਅੱਜ ਜੋ ਪਹਿਲਾ ਬੇਟਾ ਉਹਦੇ ਡੈਥ ਹੋ ਗਈ, ਬਹੁਤ ਹੀ ਹੁਸ਼ਿਆਰ, ਬਹੁਤ ਹੀ ਨੌਜਵਾਨ ਔਰ ਉਹਦਾ ਵੀ ਬਿਲਕੁਲ ਇਹਦਾ ਗਮ ਸੀ ਜਾਂ ਦੁੱਖ ਸੀ ਮੈਂ ਸਮਝੂ ਉਹ ਚਾਹੀਦਾ। ਜਿਹੜੀ ਚੀਜ਼ਾਂ ਮੰਗਦੇ ਸਨ ਪਰਮਾਤਮਾ ਨੇ ਉਹ ਦਿੱਤੀਆਂ। ਸਰਪੰਚ ਸਾਹਿਬ ਦੇ ਘਰ ਬੇੜਾ ਨਹੀਂ ਸੀ ਦਰਬਾਰ ਸਿੰਘ ਨੇ ਔਰ ਉਹਨੂੰ ਪਰਮਾਤਮਾ ਫਿਰ ਦਿੱਤੇ, ਸਰਪੰਚ ਬੇੜਾ ਬਣ ਗਿਆ ਪਰ ਇਹ ਖੁਸ਼ੀਆਂ ਨਸੀਬ ਨਹੀਂ ਸਨ। ਬਹੁਤ ਵਧੀਆ ਖੁਸ਼ੀਆਂ ਪੈ ਚਾਹੀਆਂ ਸੀ ਪਰ ਆਪ ਪਾਣਾ ਵਰਤ ਗਿਆ। ਜਿਹਨੇ ਸੇਵਾ ਕੀਤੀ ਆ ਉਹਦੇ ਬੱਚੇ ਉਸ ਤਰ੍ਹਾਂ ਸੇਵਾ ਕਰਦੇ ਆ, ਬੱਚੇ ਜੋ ਵਹਿੰਦੇ ਉਹ ਵੀ ਕੁਛ ਕਰਦੇ ਆ। ਮੈਂ ਸਰ ਸੱਚੀ ਸੁੱਚੀ ਸ਼ਰਧਾਂਜਲੀ ਹੋਈ ਆ ਕਿ ਅਸੀਂ ਆਪਣੇ ਮਾਂ ਅਤੇ ਬਾਪ ਦੀ ਸੇਵਾ ਕਰੀਏ। ਇਹਨਾਂ ਨੇ ਸਰਪੰਚ ਸਾਹਿਬ ਨੂੰ ਲਗਾਏ ਹਸਪਤਾਲ ਦੀ ਪੂਰੀ ਕੋਸ਼ਿਸ਼ ਕੀਤੀ, ਉਹ ਸਾਥੋਂ ਸਦ ਸਦਾ ਵਾਸੀ ਬੱਚੇ ਗਏ ਔਰ ਅੱਜ ਤੱਕ ਮੇਰੇ ਅੰਦਰ ਬਹੁਤ ਹੀ ਪਿਆਰ, ਬਹੁਤ ਹੀ ਨੇੜ ਰੱਖਿਆ। ਅੱਜ ਇਹ ਪਰਿਵਾਰ ਨੂੰ ਕਲੀ ਕਹਾਣੀ ਆਈ, ਸਾਨੂੰ ਸਾਰਿਆਂ ਨੂੰ ਸਾਰੀ ਪਾਰਟੀ ਵਾਲੀ ਘਾਟ ਆਈ। ਸਿਆਣਿਆਂ ਦੀਆਂ ਖੁਸ਼ੀਆਂ ਸ਼ਾਮ ਦੀਆਂ ਖੁਸ਼ੀਆਂ ਵੱਧਦੀਆਂ ਨੇ ਜੇ ਦੁੱਖ ਜਾਂ ਦੁੱਖ ਹੋ ਜਾਂਦਾ ਹੈ।
ਇਹ ਸਨ ਸਾਬਕਾ ਮੰਤਰੀ ਸਰਦਾਰ ਬਚੇ ਸਿੰਘ ਭੁੱਲਰ ਸਾਹਿਬ, ਸਾਬਕਾ MLA ਸੁਖਵਿੰਦਰ ਸਿੰਘ ਭੁੱਟਰ, ਉਹ ਵੀ ਇੱਥੇ ਪਹੁੰਚੇ ਆ। ਤੇਜਵੀਰ ਸਿੰਘ ਪੀਟਰ ਖਿੰਡ ਤੋਂ, ਉਹ ਵੀ ਇੱਥੇ ਪਹੁੰਚੇ ਆ। ਜਿੰਨੇ ਵੀ MLA ਸਾਹਿਬ, ਸਾਬਕਾ ਮੰਤਰੀ, ਪੰਚ ਸਰਪੰਚ ਆਏ ਆ, ਉਹਨਾਂ ਨੂੰ ਅਸੀਂ ਸਾਰੇ ਪਰਿਵਾਰ ਵੱਲੋਂ ਜੀ ਆਇਆ ਕਹਿੰਦੇ ਹਾਂ। ਇੰਨੇ ਹੀ ਸਾਡੇ ਵੱਲੋਂ ਸ਼ਬਦ ਆ, ਅਸੀਂ ਆਪਣੇ ਚਾਚਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।